ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਲ ਰਾਊਂਡਰ 855 ਚੈਨਲ 'ਤੇ। ਆਪਾਂ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੇਠੂ ਕੇ ਕਬੱਡੀ ਟੂਰਨਾਮੈਂਟ ਦੀ, ਅਤੇ ਬਾਕੀ ਦੀ ਜਾਣਕਾਰੀ ਆਪਾਂ ਅੱਗੇ ਵੀਡੀਓ ਦੇ ਵਿੱਚ ਦੇਵਾਂਗੇ। ਜੇ ਤੁਸੀਂ ਇਹ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ। ਅਤੇ ਅੱਜ ਕਰਦੇ ਹਾਂ ਵੀਡੀਓ ਸਟਾਰਟ। ਵੀ ਸੱਚੇ ਪਾਤਸ਼ਾਹ ਵਾਹਿਗੁਰੂ ਮਰਵਾਉਂਦਾ, ਬੰਦੇ ਦੇ ਦਮ 'ਤੇ ਥਾਪੀ ਨਹੀਂ ਵੱਜਦੀ। ਪਹਿਲਾਂ ਨਹੀਂ ਕਿਸੇ ਨੇ ਮਾਰੀ, ਅਸੀਂ ਕਿਉਂ ਮਾਰੀ ਹੈ, ਸਾਨੂੰ ਕਹਿ ਕੇ ਤੋਰਿਆ ਬਾਬੇ। ਹਾਂਜੀ, ਇੱਥੇ ਪਹਿਲਾ ਇਨਾਮ 71,000 ਅਤੇ ਦੂਜਾ ਇਨਾਮ 51,000 ਸੀ। ਬੈਸਟ ਰੇਟਰ ਦੇ ਵਿੱਚ ਜਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ। ਜੇਠੂਕੇ ਦੇ ਵਿੱਚ ਅੱਜ ਪੂਰੇ ਸਿਰੇ ਦੇ ਮੈਚ ਕਰਵਾਏ ਗਏ ਸਨ। ਆਪਾਂ ਕਹੀਏ ਤਾਂ ਕਿ ਇਸ ਸਾਲ ਦਾ 2023 ਦਾ ਪੂਰਾ ਸਿਰੇ ਦਾ ਮੈਚ ਸੀਗਾ ਇਹ। ਇੱਥੇ ਸਿਰੇ ਸਿਰੇ ਦੀਆਂ ਟੀਮਾਂ ਪੁੱਜੀਆਂ ਸਨ, ਅਤੇ ਅੱਜ ਪੂਰੇ ਟੌਪ ਟੌਪ ਦੇ ਖਿਡਾਰੀਆਂ ਨੇ ਪੂਰੇ ਟੌਪ ਟੌਪ ਦੀ ਪਰਫਾਰਮੈਂਸ ਦਿਖਾਈ ਆਪਣੀ, ਅਤੇ ਪੂਰੀਆਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਅੱਜ ਘਰਾਂ ਨੂੰ ਤੋਰੀਆਂ ਮੁੰਡਿਆਂ ਨੇ, ਅਤੇ ਪੂਰੇ ਸਿਰੇ ਸਿਰੇ ਦੇ ਮੈਚ ਹੋਏ ਸੀਗੇ। ਅਤੇ ਆਪਾਂ ਕਹੀਏ ਤਾਂ ਕਿ ਅੱਜ ਜੇਠੂਗਿਆਂ ਦਾ ਇਹ ਪੂਰਾ ਟੌਪ ਦਾ ਕਬੱਡੀ ਕੱਪ ਕਰਵਾਇਆ ਗਿਆ ਸੀਗਾ। ਅਤੇ ਆਪਾਂ ਫਾਈਨਲ ਦੀ ਗੱਲ ਕਰੀਏ ਤਾਂ ਇੱਥੇ ਅੱਜ ਪਿੰਦੂ ਸੀਚੇ ਵਾਲੇ ਨੇ ਅਤੇ ਫਰਿਆਦ ਨੇ ਪੂਰੇ ਟੌਪ ਟੌਪ ਦੇ ਜੱਫੇ ਲਾਏ, ਅਤੇ ਸਾਜੀ ਸਕਰਪੁਰ ਵਾਲੇ ਨੇ ਵੀ ਟੌਪ ਟੌਪ ਦੀਆਂ ਰੇਡਾਂ ਪਾਤੀਆਂ, ਅਤੇ ਕਮਲ ਨਵੇਂ ਪਿੰਡਗੇ ਨੇ ਵੀ ਅੱਜ ਟੌਪ ਦੀਆਂ ਰੇਡਾਂ ਪਾਈਆਂ। ਅਤੇ ਇੱਥੇ ਫਾਈਨਲ ਮੈਚ ਹੋਇਆ ਸੀਗਾ ਸੀਚੇਆਲ ਅਤੇ ਸਕਰਪੁਰ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਸੀਚੇਆਲ ਦੇ ਨੰਬਰ ਰਹੇ 18 ਅਤੇ ਸਕਰਪੁਰ ਦੇ ਨੰਬਰ ਰਹੇ 15.5। ਇਹਦੇ ਵਿੱਚੋਂ ਸੀਚੇਆਲਾ ਫਸਟ ਅਤੇ ਫਰਿਆਦ ਸਕਰਪੁਰ ਦੀ ਟੀਮ ਸੈਕਿੰਡ ਰਹੀ। ਅਤੇ ਇੱਥੋਂ ਬੈਸਟ ਰੇਡਰ ਬਣੇਗਾ ਕਮਲ ਨਵੇਂ ਪਿੰਡ ਗਿਆ, 10 ਕਬੱਡੀਆਂ ਪਾ ਕੇ 9 ਨੰਬਰ ਲਏ ਤੇ ਬੈਸਟ ਜਾਫੀ ਬਣਿਆ ਗਾ ਪਿੰਦੂ ਸੀਚੇਆਲਾ, 7 ਟੱਚ ਲੈ ਕੇ 3 ਜੱਫੇ ਲਾਏ, ਅਤੇ ਫਰਿਆਦ ਦੇ 9 ਟੱਚ ਅਤੇ 3 ਜੱਫੇ ਸੀਗੇ, ਇਸ ਕਰਕੇ ਫਰਿਆਦ ਬੈਸਟ ਜਾਫੀ ਨਹੀਂ ਬਣ ਸਕਿਆ। ਅਤੇ ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ, ਧੰਨਵਾਦ ਜੀ।